आज साढ़े नाल विकास ऋषि ने इन्हों का असी यूके स्टडी वीजा लिया है। ये टीसेट यूनिवर्सिटी जा रहे हैं बिजनेस मैनेजमेंट का प्रोग्राम करने लिए। विकास जी तुम साढ़े को आने तो पहला कितने कितने गए तो तुम साढ़िया बैल्स का कि पता लगा? जी मैं सर इतने आने तो पहला वन ईयर पहला मैं मतलब बहुत इदा घूमया पहला मैं अपना यूके का पहला भी अप्लाई किया इंटरव्यू भी क्लीयर कर ली बट वो कहते थे कि यूनिवर्सिटी जवाब देगी उन्होंने इदा कह कि मेरी जी फाइल सी मैंने वापस मोड़ दी। उस तो बाद मैं थोड़े तो विजिट किया मैं गौरव सर ने तो मैं वधिया ट्रीट किया दैन मैं अपनी टीसेट यूनिवर्सिटी जी मिडल ब्लॉक से सिलेक्ट की पहलिया तीन इंटरव्यू तो मेरी फेल ही हो गई ईवन ये यूनिवर्सिटी इंडिया टू इंटरव्यूज प्रोवाइड कर दी स्टूडेंट थोड़े बदौलत मैं चार मिलियाँ फोर्थ करके मैं पास हो गया विद इन सेवन डेज मैं अपना वीजा लिया। एक होर स्पेशल गल है कि असी इन्हों की जी फाइल सी प्रायोरिटी च नहीं लगाई सी नॉर्मल च लगाई सी कि नॉर्मल फाइलिंग के बावजूद भी इन्हों का सेवन डेज के वीजा आया। तो एक होर मैं पूछना चाहता तुम बेल्स वर्सेस दी सर्विसेज कि लगियां स्पेशली विकास ਤੁਹਾਨੂੰ ਸਰਵਿਸਿਜ਼ ਦੇ ਵਿੱਚ ਕੋਈ ਟ੍ਰਾਂਸਪੇਰੈਂਸੀ ਚ ਕੋਈ ਦਿੱਕਤ ਤੁਹਾਡਾ ਪ੍ਰੋਸੈਸ ਨਾਲਾ ਤਾਂ ਸਾਰਾ ਪਤਾ ਲੱਗ ਰਿਹਾ ਸੀ। ਹਾਂਜੀ ਜੀ ਇੱਕ ਗੱਲ ਜਿਹੜੀ ਸਭ ਤੋਂ ਵਧੀਆ ਲੱਗੀ ਇਹ ਏਜੰਟ ਵਾਂਗੂ ਰਿਟੇਟ ਕਰਦੇ ਕਿਸੇ ਨੂੰ ਵੀ ਜਿਹਦਾ ਗੌਰਵ ਸਰ ਹੈ ਇਹਦਾ ਬ੍ਰਦਰ ਟ੍ਰੀਟ ਕਰਦੇ ਜੀ ਨੂੰ ਮੈਂ ਏਜੰਟ ਵਾਂਗੂ ਨਹੀਂ ਕਿ ਕਈ ਗੱਲਾਂ ਜਿੱਦਾਂ ਏਜੰਟ ਲੁਕੋ ਲੈਂਦੇ ਆ ਕਈ ਦੱਸਦੇ ਨਹੀਂ ਹੈਗੇ ਉਹ ਕਹਿੰਦੇ ਵੀ ਅਸੀਂ ਉਹਦਾ ਰੱਖਣਾ ਇੱਦਾਂ ਹੀ ਸਾਰਾ ਕੁਝ ਦੱਸਿਆ ਕੱਲੇ ਕੱਲੇ ਮੇਲ ਦਾ ਹੀ ਸਾਰਾ ਕੁਝ ਦੱਸਿਆ ਇੰਟਰਵਿਊ ਦੀ ਵੀ ਸਾਰਾ ਕੁਝ ਟੋਟਲੀ ਦੱਸਿਆ। ਅਸੀਂ ਜਿੱਦਾਂ ਕਿ ਮੈਂ ਹਮੇਸ਼ਾ ਕਹਿੰਦਾ ਕਿ ਅਸੀਂ ਕੋਈ ਏਜੰਟਸ ਨਹੀਂ ਹੈਗੇ ਨਾ ਮੈਨੂੰ ਏਜੰਟ ਕਲਵਾਉਣਾ ਅੱਛਾ ਲੱਗਦਾ ਅਸੀਂ ਇੱਕ ਐਜੂਕੇਸ਼ਨਲ ਕੰਸਲਟੈਂਟਸ ਹੈਗੇ ਹਾਂ ਜਿਹੜੇ ਕਿ ਬੱਚੇ ਨੂੰ ਉਹਦੇ ਕਰੀਅਰ ਲਈ ਬੈਟਰ ਗਾਈਡ ਕਰਦੇ ਹਾਂ ਉਹਦੀ ਉਹ ਸਾਡੀ ਹਮੇਸ਼ਾ ਕੋਸ਼ਿਸ਼ ਇਹ ਰਹਿੰਦੀ ਹੈ ਕਿ ਬੱਚੇ ਨੂੰ ਐਜੂਕੇਟ ਕੀਤਾ ਜਾਏ ਪਲੱਸ ਜਿਹੜੀ ਸਾਡੀ ਬੈਲ ਸੋਰਸਿਸ ਦੀ ਜਿਹੜੀ USP ਉਹ ਹੈਗੀ ਕਿ ਟ੍ਰਾਂਸਪੇਰੈਂਸੀ ਹਰ ਸਟੂਡੈਂਟ ਨੂੰ ਅਸੀਂ ਪੂਰਾ ਟ੍ਰਾਂਸਪੇਰੈਂਟ ਸਿਸਟਮ ਨਾਲ ਦੱਸੀਦਾ ਪੂਰਾ ਹਰ ਚੀਜ਼ ਤੇ ਉਹਨੂੰ ਅਪਡੇਟ ਕਰਦੇ ਰਹੀਦਾ ਈਵਨ ਅਸੀਂ ਮੇਲਸ ਤੱਕ ਦਾ ਵੀ ਪਾਸਵਰਡ ਦੇ ਦਿੰਦੇ ਹਾਂ ਕਿ ਤੁਸੀਂ ਸਾਰਾ ਕੁਝ ਆਪੇ ਪ੍ਰੋਸੈਸ ਵੀ ਦੇਖ ਸਕਦੇ ਹੋ ਕੋਈ ਵੀ ਚੀਜ਼ ਹਾਈਡ ਨਹੀਂ ਕਰਦੇ ਪਲੱਸ ਕਰੀਅਰ ਪਾਥ 'ਚ ਕੁਝ ਸਟੂਡੈਂਟਸ ਨੂੰ ਅਸੀਂ ਗਾਈਡ ਕਰੀਦਾ ਕਿ ਤੁਸੀਂ ਇੱਦਾਂ ਪ੍ਰੋਗਰਾਮ ਲਓ ਜਾਂ ਅਗਲੀ ਯੂਨੀਵਰਸਿਟੀ ਜਾਓ ਜਾਂ ਤੁਹਾਡਾ ਪ੍ਰੋਫਾਈਲ ਇੱਥੇ ਜ਼ਿਆਦਾ ਸੂਟੇਬਲ ਹੈ ਅਤੇ ਮੈਂ ਇੱਕ ਕਰੀਅਰ ਕਾਉਂਸਲਿੰਗ 20 ਸਟੂਡੈਂਟਸ ਨੂੰ ਪ੍ਰੋਵਾਈਡ ਕਰਦਾ ਅਤੇ ਮੈਂ ਫਿਰ ਇੱਕ ਵਾਰੀ ਬਹੁਤ ਮੁਬਾਰਕਬਾਦ ਦੇਣਾ ਇਹਨਾਂ ਨੂੰ ਅਤੇ ਇਹਨਾਂ ਦਾ ਸਟੱਡੀ ਵੀਜ਼ਾ ਠੀਕ ਹੈ ਜੀ ਅਤੇ ਨਾਲ ਮੈਂ ਸਪੈਸ਼ਲ ਇਹਨਾਂ ਨੂੰ ਵਿਸ਼ੇਸ਼ ਵੀ ਦੇਣਾ ਕਿ ਇਹਨਾਂ ਦੀ ਜਿਹੜੀ ਯੂਕੇ ਦੀ ਜਰਨੀ ਅੱਗੋਂ ਦੀ ਬਹੁਤ ਵਧੀਆ ਰਹੇ ਅਤੇ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਥੈਂਕ ਯੂ Bells Overseas. Visit us or call us for visa services. Follow us on our social handles for latest offers and updates.